Hadi Gold, an Islamic record label. ਅੱਜ ਅਸੀਂ ਗਏ ਹਾਂ ਸ਼ਾਹਜੀ ਸ਼ਹਿਰ ਬਾਜ਼ਾਰ ਫਰੂਟ ਖਰੀਦਣ ਵਾਸਤੇ ਤੇ ਅਨਾਰ ਲੈਣ ਗਏ ਹਾਂ ਤੇ ਅਨਾਰ ਵਾਲੇ ਨੇ ਪੁੱਛਿਆ ਵੀ ਕੀ ਰੇਟ ਲਾਏ ਤਵੱਜੋ ਰੱਖੇਗਾ ਬਾਤ ਜ਼ਾਇਆ ਨਾ ਹੋ ਜਾਏ ਅਸਾਂ ਪੁੱਛਿਆ ਵੀ ਕੀ ਰੇਟ ਲਾਏ ਉਸ ਕਿਹਾ ਜੀ ਇਹ 130 ਨੇ ਕਿਲੋ ਤੇ ਇਹ ਜਿਹੜੇ ਨੇ ਇਹ 250 ਰੁਪਏ ਕਿਲੋ ਨੇ ਅਸੀਂ ਕਿਹਾ ਵੀ ਯਾਰ ਅਜੀਬ ਗੱਲ ਹੈ ਬਈ ਅਨਾਰਾਂ ਦਾ ਤਾਂ ਰੇਟ ਹੀ ਬੜਾ ਹੁੰਦਾ ਤੇ 130 ਕਿਵੇਂ ਲਾਏ ਨੇ ਉਸ ਕਹਿ ਜੀ 130 ਇਸ ਤੋਂ ਲਾਏ ਨੇ ਕਿ ਇਹ ਮਾੜੇ ਨੇ ਤੇ ਮੈਂ ਇਸ ਤੋਂ ਅਸੀਂ ਕਿਹਾ ਵੀ ਯਾਰ ਇਹਦੀ ਤੂੰ ਆਵਾਜ਼ ਲਾਈ ਜਾ ਰਹੇ ਜਿਹੜੇ 130 ਦੇ ਨੇ ਤੇ ਜਿਹੜੇ 250 ਰੁਪਏ ਕਿਲੋ ਨੇ ਉਹਨਾਂ ਦੀ ਤੂੰ ਆਵਾਜ਼ ਹੀ ਨਹੀਂ ਪਿਆ ਲਾਉਂਦਾ ਉਸ ਕਹਿ ਜੀ ਉਹ ਚੰਗਾ ਮਾਲ ਹੈ ਉਹ ਤੇ ਵਿਕ ਹੀ ਜਾਣਾ ਉਹ ਤਾਂ ਕਿਸੇ ਨਾ ਕਿਸੇ ਖਰੀਦ ਹੀ ਲੈਣਾ ਆਵਾਜ਼ ਲਾਉਣ ਦੀ ਜ਼ਰੂਰਤ ਹੀ ਨਹੀਂ ਉਹਨੇ ਵਿਕ ਜਾਣਾ ਇਹਦੀ ਮੈਂ ਆਵਾਜ਼ ਲਾਈ ਜਾ ਰਿਹਾ 130 ਰੁਪਏ ਦੀ ਇਸ ਵਾਸਤੇ ਕਿ ਇਹ ਕਿਸੇ ਤਰੀਕੇ ਨਿਕਲੇ ਇਹ ਮਾੜਾ ਇਹਨੂੰ ਕਿਸੇ ਨਹੀਂ ਖਰੀਦਣਾ ਹੁਣ ਜੁਮਲਾ ਮੈਂ ਤੁਹਾਡੇ ਹਵਾਲੇ ਕਰਨਾ ਤੇ ਹੱਥ ਇੱਕ ਬੰਦੇ ਦਾ ਵੀ ਥੱਲੇ ਰਹਿ ਗਿਆ ਤੇ ਪਲਵਾਲ ਘਰ ਜਾਂਦਿਆਂ ਤੱਕ ਦੁੱਖ ਲੱਗਣਾ ਹੈ ਜੁਮਲਾ ਤੁਹਾਡੇ ਹਵਾਲੇ ਕੀਤਾ ਤਾਂ ਤੁਸੀਂ ਜ਼ਾਇਆ ਕਰ ਦਿੱਤਾ ਹੈ ਮਾੜਾ ਫਰੂਟ ਮਾੜਾ ਅਨਾਰ ਵੀ ਕੋਈ ਤਾਜਰ ਕੋਈ ਵੇਚਣ ਵਾਲਾ ਆਪਣੇ ਕੋਲ ਨਹੀਂ ਰੱਖਦਾ ਉਹ ਵੀ ਕਹਿੰਦਾ ਇਹ ਕਿਸੇ ਨਹੀਂ ਖਰੀਦਣਾ ਇਹ ਕਿਸੇ ਤਰੀਕੇ ਨਿਕਲ ਹੀ ਜਾਏ ਉਹਦੀਆਂ ਵਾਅਦਾ ਲੈਂਦਾ ਕਿ ਇਹ ਕਿਸੇ ਤਰੀਕੇ ਨਿਕਲ ਜਾਏ ਇਹਨੂੰ ਕਿਸੇ ਨਹੀਂ ਖਰੀਦਣਾ ਮਾੜਾ ਅਨਾਰ ਕੋਈ ਬੰਦਾ ਕੋਲ ਨਹੀਂ ਰੱਖਦਾ ਕਾਇਨਾਤ ਦੇ ਵਿੱਚ ਫਕਤ ਇੱਕ ਜ਼ਾਤ ਸਰਕਾਰ ਦੀ ਹੈ ਜਿਹੜੀ ਕਮੀਨਿਆਂ ਤੇ ਮਾੜਿਆਂ ਗੁਨਾਹਗਾਰਾਂ ਨੂੰ ਵੀ ਸੀਨੇ ਨਾਲ ਲਾ ਕੇ ਰੱਖਦੀ ਹੈ ਹੱਥ ਜ਼ਰਾ ਕੱਢੋ ਚਾਦਰਾਂ ਚੋਂ ਹੱਥ ਕੱਢ ਕੇ ਜ਼ਰਾ ਬੁਲੰਦ ਆਵਾਜ਼ ਨਾਲ ਬੋਲੋ ਜ਼ਰਾ ਸੁਭਾਨ ਅੱਲਾਹ ਅੱਲਾਹ ਤੁਹਾਨੂੰ ਸਲਾਮਤ ਰੱਖੇ